ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਪਾਣੀ ਦੇ ਵਿੱਚ ਕਸੂਤੀ ਫਸ ਗਈ ਔਰ ਇੱਕਦਮ ਬੰਦ ਹੋ ਗਈ। ਹਾਲਾਂਕਿ ਡਰਾਈਵਰ ਦੇ ਵੱਲੋਂ ਆਪਣੇ ਪੱਧਰ ਤੇ ਪੂਰਾ ਜ਼ੋਰ ਲਾਇਆ ਗਿਆ ਕਿ ਕਿਸੇ ਢੰਗ ਦੇ ਨਾਲ ਇਸ ਬੱਸ ਨੂੰ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਫਿਰ ਜਦ ਨਾ ਗੱਲ ਬਣੀ ਤਾਂ ਦੋ ਟਰੈਕਟਰ ਆਏ ਜਿਨ੍ਹਾਂ ਨੇ ਅੱਗੇ ਅਤੇ ਪਿੱਛੇ ਟੋਚਨ ਪਾਇਆ ਤੇ ਇਸ ਬੱਸ ਨੂੰ ਜ਼ੋਰ ਲਾ ਕੇ ਇਸ ਸਥਿਤੀ ਦੇ ਵਿੱਚੋਂ ਬਾਹਰ ਕੱਢਿਆ ਤਾਂ ਸੜਕ ਪੂਰੀ ਤਰ੍ਹਾਂ ਪਾਣੀ ਦੇ ਨਾਲ ਭਰ ਚੁੱਕੀ ਹੈ। ਨਦੀ ਦਾ ਰੂਪ ਧਾਰਿਆ ਹੋਇਆ ਭਾਰੀ ਮੀਂਹ ਨੇ ਇੱਥੇ ਤਰਥੱਲੀ ਮਚਾ ਦਿੱਤੀ। ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਜਦੋਂ ਇੱਥੋਂ ਲੰਘਣ ਲੱਗੀ ਤਾਂ ਅਚਾਨਕ ਇੱਕਦਮ ਬੰਦ ਹੋ ਗਈ ਔਰ ਉੱਥੇ ਹੀ ਜਾਮ ਹੋ ਗਈ। ਡਰਾਈਵਰ ਨੇ ਇਸ ਨੂੰ ਕੱਢਣ ਦੇ ਲਈ ਪੂਰਾ ਜ਼ੋਰ ਲਾਇਆ ਪਰ ਇਹ ਨਹੀਂ ਨਿਕਲੀ ਤਾਂ ਆਖਿਰਕਾਰ ਟਰੈਕਟਰ ਆਏ ਜਿਸ ਨੇ ਅੱਗੇ ਅਤੇ ਪਿੱਛੇ ਟੋਚਨ ਪਾਇਆ ਔਰ ਇਸ ਬੱਸ ਨੂੰ ਇਸ ਸਥਿਤੀ ਦੇ ਵਿੱਚੋਂ ਬਾਹਰ ਕੱਢਿਆ। ਰਾਜਸਥਾਨ ਦੇ ਜੋਧਪੁਰ ਦੀ ਇਹ ਵੀਡੀਓ ਹੈ ਜਿੱਥੇ ਮੀਂਹ ਦੇ ਪਾਣੀ ਨੇ ਜਲ ਥਲ ਕਰ ਦਿੱਤਾ ਔਰ ਸੜਕਾਂ ਨੱਕੋ ਨੱਕ ਪਾਣੀ ਦੇ ਨਾਲ ਭਰੀਆਂ ਹੋਈਆਂ ਨੇ। ਸਵਾਰੀਆਂ ਦੇ ਨਾਲ ਭਰੀ ਹੋਈ ਇਹ ਬੱਸ ਸੀ ਜੋ ਪਾਣੀ ਦੇ ਵਿੱਚ ਰੁਕ ਗਈ, ਸਟਾਰਟ ਨਹੀਂ ਹੋਈ। ਫਿਰ ਟਰੈਕਟਰਾਂ ਨੇ ਇਸ ਨੂੰ ਟੋਚਨ ਪਾਇਆ ਔਰ ਬੜੇ ਹੀ ਜ਼ੋਰ ਦੇ ਨਾਲ ਇਸ ਨੂੰ ਇੱਥੋਂ ਬਾਹਰ ਕੱਢਿਆ ਗਿਆ ਔਰ ਕਿਸੇ ਨੇ ਮੋਬਾਈਲ ਫੋਨ ਦੇ ਵਿੱਚ ਇਹ ਵੀਡੀਓ ਬਣਾਈ ਹੈ। ਪਾਣੀ ਦੇ ਵਿੱਚ ਇਹ ਰਾਜਸਥਾਨ ਰੋਡਵੇਜ਼ ਦੀ ਬੱਸ ਜਾਮ ਹੋਈ, ਟਰੈਕਟਰਾਂ ਨੇ ਟੋਚਨ ਪਾ ਕੇ ਪਾਣੀ ਦੇ ਵਿੱਚੋਂ ਇਸ ਬੱਸ ਨੂੰ ਬਾਹਰ ਕੱਢਿਆ। ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਟਰੈਕਟਰ ਆਪਣੇ ਜ਼ੋਰ ਦੇ ਨਾਲ ਇਸ ਬੱਸ ਨੂੰ ਅੱਗੇ ਲੈ ਕੇ ਜਾ ਰਿਹਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਨਾ ਹੋਵੇ ਤਾਂ ਅੰਦਰ ਸਵਾਰੀਆਂ ਵੀ ਬੈਠੀਆਂ ਹੋਈਆਂ ਨੇ ਜੋ ਲਗਾਤਾਰ ਇਸ ਮੰਜ਼ਰ ਨੂੰ ਦੇਖ ਰਹੀਆਂ ਨੇ। ਤਾਂ ਰਾਜਸਥਾਨ ਦੇ ਜੋਧਪੁਰ ਦੀ ਇਹ ਵੀਡੀਓ ਹੈ ਜਿੱਥੇ ਮੀਂਹ ਦੇ ਪਾਣੀ ਨਾਲ ਸੜਕਾਂ ਨੱਕੋ ਨੱਕ ਭਰ ਚੁੱਕੀਆਂ ਨੇ, ਵਾਹਨ ਇੱਥੇ ਜਾਮ ਹੋ ਰਹੇ ਨੇ, ਖਰਾਬ ਹੋ ਰਹੇ ਨੇ। ਤਾਂ ਆਖਿਰਕਾਰ ਟਰੈਕਟਰਾਂ ਦੇ ਵੱਲੋਂ ਇਹਨਾਂ ਵਾਹਨਾਂ ਨੂੰ ਆਪਣੇ ਜ਼ੋਰ ਤੇ ਬਾਹਰ ਕੱਢਿਆ ਜਾ ਰਿਹਾ।